ਸ਼ੰਗਰਸ਼ ਦੇ ਰਾਹ ਤੇ ਪਏ ਹੋਏ ਸੰਕਤ ਮੋਰਚੇ ਇਸ ਸਟੇਜ ਤੇ ਬੈਠੇ ਕਿਸਾਨ ਭਰਾਵੋ ਮੇਰੀਆਂ ਭੈਣੋ ਅੱਜ ਕਿਸ਼ਾਨ ਜਿਹੜਾ ਕਿਸਾਨ ਹੈ ਉਹ ਸੰਘਰਸ਼ ਦੇ ਰਾਹ ਤੇ ਪੈ ਚੁੱਕਿਆ ਹੈ ਉਸ ਲਈ ਕਿਉਂਕਿ 1967 ਤੋਂ ਬਾਅਦ ਇਹ ਸਭ ਤੋਂ ਵੱਡਾ ਜਿਹੜਾ ਕਿਸਾਨੀ ਸੰਘਰਸ਼ ਹੋਇਆ ਹੈ ਉਹ ਕਿਸਾਨੀ ਸੰਘਰਸ਼ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਨੇ ਸ਼ੁਰੂ ਕੀਤਾ ਸੀਗਾ ਤੇ ਉਹ ਅੰਗਰੇਜ਼ ਲਿਖਦਾ ਹੈ ਜਿਸ ਨੇ ਉਸ ਸੰਘਰਸ਼ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਸੀ ਕਿ ਇਹ ਕਿਸਾਨੀ ਸੰਘਰਸ਼ ਨਹੀਂ ਸੀ ਇਹ ਆਜ਼ਾਦੀ ਦੀ ਜੰਗ ਸੀ ਤਾਂ ਭਰਾਓ ਇਹ ਜਿਹੜੀ ਜੰਗ ਹੈ ਮੈਨੂੰ ਲੱਗਦਾ ਜੇ ਕਾਲੇ ਕਾਨੂੰਨ ਵਾਪਸ ਨਾ ਲਏ ਤਾਂ ਇਹ ਆਜ਼ਾਦੀ ਦੀ ਦੂਜੀ ਜੰਗ ਨਿਭੋ ਕੇ ਨਿਬੜੇਗਾ ਕਿਉਂਕਿ ਜਿਹੜੀ ਆਜ਼ਾਦੀ ਮਿਲੀ ਸੀ ਉਹ ਤਾਂ ਕੁੱਬੀ ਉਹਨੇ ਸਾਨੂੰ ਵੀ ਕੁੱਬੇ ਕਰਤਾ ਸਾਡੀ ਹਾਲਾਤ ਇਹ ਹੋ ਗਈ ਹੈ ਕਿ ਸਾਨੂੰ ਆਪਣੀਆਂ ਮੰਗਾਂ ਲਈ ਨਹੀਂ ਸਾਨੂੰ ਕਾਨੂੰਨ ਵਾਪਸ ਕਰਨ ਲਈ ਅਸੀਂ ਮੰਗਾ ਹੀ ਕੁਝ ਨਹੀਂ ਹੈ ਸਰਕਾਰ ਤੋਂ ਅਸੀਂ ਸਰਕਾਰ ਨੂੰ ਇਹ ਕਿਹਾ ਵੀ ਜਿਹੜੀ ਸਾਡੀ ਹਾਲਤ ਹੈ ਸਾਨੂੰ ਉਸ ਉੱਗਾ ਰਹਿਣ ਦੋ ਸਾਨੂੰ ਆਮਦਨ ਦੁਗਣੀ ਨਹੀਂ ਕਰਨੀ ਹੈ ਸਾਨੂੰ ਆਪਣੀ ਫਸਲਾਂ ਦੇ ਰੇਟ ਜਿਹੜੇ ਐਮ ਐਸ ਸੀ ਦੇ ਰੂਪ ਵਿੱਚ ਮਿਲ ਰਹੇ ਹਨ ਸਾਨੂੰ ਉਹੀ ਲਾਗੂ ਰਹਿਣ ਦੋ ਪਰ ਸਮੇਂ ਦੀ ਸਰਕਾਰ ਇਸ ਗੱਲ ਤੇ ਅੜੀ ਹੋਈ ਹੈ ਕਿ ਮੈਂ ਤੁਹਾਨੂੰ ਇੱਕ ਨੂਨ ਲਾਗੂ ਕਰਨੇ ਤੁਹਾਡੀ ਆਮਦਨ ਮੈਂ ਦੁੱਗਣੀ ਕਰਨੀ ਹੀ ਕਰਨੀ ਹੈ ਜਦੋਂ ਉਹਨਾਂ ਤਰਕ ਦੇ ਆਧਾਰ ਤੇ ਪੁੱਛਦੇ ਐ ਕਿ ਕਿਵੇਂ ਆਮਦਨ ਦੁੱਗਣੀ ਹੋਊਗੀ ਜਦੋਂ ਤੂੰ ਪ੍ਰਾਈਵੇਟ ਬੰਦੇ ਨੂੰ ਸਾਡੀ ਪਹਿਲਾਂ ਸਰਕਾਰੀ ਚਲਦੀ ਮੰਡੀ 'ਚ ਜਿਹਦੇ ਵਿੱਚ ਹਜ਼ਾਰ ਨੁਕਸ ਹੋ ਸਕਦੇ ਹਨ ਪਰ ਕੋ ਬਾਗੜ ਬਿੱਲਾ ਜਿਹੜਾ ਸਾਡੀ ਮੰਡੀ ਦੇ ਸਾਹਮਣੇ ਬੈਠੇਗਾ ਕੇ ਉਸ ਨੂੰ ਟੈਕਸ ਦੀ ਵੀ ਛੋਟ ਹੈ ਉਸ ਨੂੰ ਆਧਾਰ ਕਾਰਡ ਦੇ ਹਿਸਾਬ ਨਾਲ ਜਿੰਨੀ ਮਰਜ਼ੀ ਸਾਡੀ ਫਸਲ ਖਰੀਦ ਕੇ ਭਾਜਵੇ ਉਸ ਤੇ ਕੋਈ ਰੋਕ ਟੋਕ ਨਹੀਂ ਹੈ ਜਦੋਂ ਇਹ ਗੱਲਾਂ ਪੁੱਛਦੇ ਆ ਤਾਂ ਸਰਕਾਰ ਕੋਲ ਕੋਈ ਜਵਾਬ ਨਹੀਂ ਕਾਨੂੰਨ ਅੱਛੇ ਹੈ ਇਸ ਵਿੱਚ ਕੋਈ ਕਾਲਾ ਨਹੀਂ ਦਿਖ ਰਹਾ ਹਮੇ ਹੈ ਦੋਸਤੋ ਪ੍ਰਧਾਨ ਮੰਤਰੀ ਜੀ ਨੇ ਇੱਕ ਗੱਲ ਕਹੀ ਹੈ ਕਿ ਇਹ ਪਰਜੀਵੀ ਹੈ ਜਦੋਂ ਕਿ ਇਥੋਂ ਦੀ ਐਪੈਕਸ ਕੋਰਟ ਨੇ ਕਹਿ ਚੁੱਕਾ ਕਿ ਅੰਦੋਲਨਕਾਰੀਆਂ ਕਿਸਾਨ ਐ ਜਹਿਜ ਐ ਇਹਨਾਂ ਲੋਕਾਂ ਨੂੰ ਜਿਹੜੇ ਸਾਡੇ ਇੰਸਟੀਚਿਊਸ਼ਨ ਐ ਜਿਨ੍ਹਾਂ ਨੂੰ ਅਸੀਂ ਕਦਰ ਕਰਦੇ ਐ ਸੁਪਰੀਮ ਕੋਰਟ ਨੇ ਕਿਹਾ ਇਹ ਅੰਦੋਲਨਕਾਰੀਆਂ ਪਰ ਉਸ ਨੂੰ ਵਾਇਲਟ ਕਰਕੇ ਪਾਰਲੀਮੈਂਟ 'ਚ ਕਹਿ ਰਿਹਾ ਨਹੀਂ ਇਹ ਅੰਦੋਲਨ ਜੀਵੀ ਹੈ ਪੈਰਾਸਾਈਟ ਹੈ ਇਹ ਲਹੂ ਪੀਣਾ ਚਾਹਣੇ ਲੋਕਾਂ ਦਾ ਐਦਾਂ ਦਾ ਜਿਹੜਾ ਵਰਤਾਰਾ ਹੈ ਐਡੇ ਵੱਡੇ ਜਿਹਨੂੰ ਸੋ ਕਾਲਡ ਬਿਕਸ ਡੈਮੋਕ੍ਰੇਸੀ ਕਿ ਹੈ ਜਾਂਦਾ ਹੈ ਉਹਦਾ ਪ੍ਰਧਾਨ ਮੰਤਰੀ ਐਸੀਆਂ ਗੱਲਾਂ ਕਰੇ ਕਿੰਨੀ ਮਾੜੀ ਗੱਲ ਹੈ ਉਸ ਨੂੰ ਇਹ ਨਹੀਂ ਪਤਾ ਕਿ ਉਹਦਾ ਹੁਣ ਯੁੱਧ ਕਿਹਦੇ ਨਾਲ ਪਿਆ ਹੈ ਬੜੇ ਇਹਨਾਂ ਨੇ ਜਿਹੜੇ ਹੈ ਐਜੀਟੇਸ਼ਨ ਕੁਚਲਤੇ ਕਿਉਂਕਿ ਜਿਹੜਾ ਕਿਸਾਨ ਹੈ ਇਹ ਇੱਕ ਵਿਲੱਖਣਤਾ ਹੈ ਉਹ ਵਿਲੱਖਣਤਾ ਜੋ ਮੇਰੇ ਦਿਮਾਗ 'ਚ ਹੈ ਤੁਹਾਡੇ ਨਾਲ ਸਾਂਝੀ ਕਰਦਾ ਹਾਂ ਇੱਕ ਬੰਦਾ ਡਾਫਟਰ ਦੇ ਵਿੱਚ ਨੌਕਰੀ ਕਰਦਾ ਹੈ ਇੱਕ ਵਕੀਲ ਜਿਹੜਾ ਹੈ ਅਦਾਲਤ ਦੇ ਵਿੱਚ ਏਸੀ ਕਮਰੇਜ ਬੈਠ ਕੇ ਕੰਮ ਕਰਦਾ ਹੈ ਉਹਨੂੰ ਕੋਈ ਨਹੀਂ ਵੀ بارش ਪੈ ਗਈ ਨੈਚਰ ਕਲੈਮਟੀ ਆ ਗਈ ਇੱਕ ਕਿਰਤੀ ਬੰਦਾ ਉਧਰ ਤੇ ਨਾਲ ਇੱਕ ਮਿਕ ਹੋ ਰਿਹਾ ਹੈ ਦੋਸਤੋ ਇਹ ਕਿਹ ਬੜੀ ਗੱਲ ਹੈ ਇੱਕ ਨੇ ਐ ਮੰਗਣਾ ਹੁੰਦਾ ਹੈ ਕਿਸਾਨ ਨੇ ਹਰ ਇੱਕ ਨੂੰ ਦੇਣਾ ਹੈ ਭਾਵੇਂ ਓ ਘਾਹ ਦੀ ਪੰਡ ਦੇਵੇ ਭਾਵੇਂ ਦੋ ਮੂੜੀਆਂ ਦੇਵੇ ਜਾਂ ਸਾਗ ਜਾਂ ਧਣੀਆਂ ਦੇ ਦੋ ਡੱਕੇ ਦੇਵੇ ਇੱਕ ਬੰਦੇ ਨੇ ਐਂ ਦਾਨ ਦੇਣਾ ਹੈ ਐਂ ਚੀਜ਼ ਦੇਣੀ ਹੈ ਐਂ ਦੇਣ ਤੇ ਐ ਲੈਣ 'ਚ ਜਿਵੇਂ ਸਮਾਨ ਦਾ ਫਰਕ ਹੈ ਜਿਹੜਾ ਬੰਦਾ ਐਂ ਦੰਦਾ ਚੀਜ਼ਾਂ ਉਹਦੇ ਨਾਲ ਉਹ ਪ੍ਰਮਾਤਮਾ ਉਹ ਕੁਦਰਤ ਜਿਹੜੀ ਨੇਚਰਲ ਸ਼ਕਤੀ ਹੈ ਉਹਦੇ ਨਾਲ ਜੁੜਦੀ ਹੈ ਸ੍ਰੀ ਯੋਗ ਕਾਲ ਇੱਕ ਬੰਦਾ ਕਿਰਤੀ ਹੈ ਉਹ ਆਪਣੀ ਖੂਨ ਪਸੀਨੇ ਦੀ ਕਮਾਈ ਦੇ ਨਾਲ ਕੱਲਾ ਬੀਜ ਬੀਜਿਆਂ ਨਹੀਂ ਫਸਲ ਉਗਦੀ ਉਹ ਦਾ ਮੁੜਕਾ ਵਿੱਚ ਮਿਲਿਆ ਹੁੰਦਾ ਹੈ ਉਹ ਮੁੜਕੇ ਦੀ ਮਠਾਸ ਹੁੰਦੀ ਹੈ ਜਿਹੜੇ ਸਾਡੇ ਢਿੱਡ ਨੂੰ ਠੰਡਾ ਕਰਦੀ ਹੈ ਹੋਰ ਭਾਵੇਂ ਜਿੰਨੀ ਮਰਜ਼ੀ ਇੰਪੋਰਟੈਂਟ ਸੇਵਾਵਾਂ ਹਨ ਉਹਨਾਂ ਤੋਂ ਤੁਸੀਂ ਬਚ ਸਕਦੇ ਹੋ ਪਰ ਜਿਹੜਾ ਅਨਾਜ ਹੈ ਅਨਾਜ ਬਿਨਾ ਨਹੀਂ ਬਚਣਾ ਹੈ ਇਹ ਲੋਕ ਸਮੇਂ ਦੀ ਸਰਕਾਰ ਐਨੇ ਹੰਕਾਰ ਚ ਆ ਗਈ ਕਿ ਸਾਡੇ ਕੋਲ ਇੰਨੀਆਂ ਸੀਟਾਂ ਆ ਗਈਆਂ ਹਾਂ ਉਹ ਪਤਾ ਨਹੀਂ ਕਿਵੇਂ ਆਈਆਂ ਉਹ ਵੱਖਰਾ ਵਿਸ਼ਾ ਹੈ ਪਰ ਐਡਾ ਜਿਹੜਾ ਹੰਕਾਰ ਹੁੰਦਾ ਹੈ ਇਹ ਲੋਕਾਂ ਦੇ ਨਾਲ ਲੋਕ ਜਦੋਂ ਮੰਗ ਰਹੇ ਕੋਈ ਚੀਜ਼ ਟੁੱਟਣਾ ਕਿਨੇ ਹੈ ਜਿਹਦੇ ਕੋਲ ਕੁਝ ਹੁੰਦਾ ਹੈ ਸਾਡੇ ਕੋਲ ਤਾਂ ਕਾਨੂੰਨ ਹੈ ਅਸੀਂ ਕਹਿੰਦੇ ਅਸੀਂ ਵਾਪਸ ਕਰਦੇ ਸਾਡੋ ਤਾਂ ਵੀ ਹੈਵ ਟੂ ਲੂਜ਼ ਥਿਸ ਬਲੈਕ ਲਾਸਟ ਓਨੂੰ ਆਪਣੀ ਪਾਵਰ ਗਵਾਣੀ ਪੈ ਸਕਦੀ ਹੈ ਜਿਹੜਾ ਏਡਾ ਹੰਕਾਰ ਚ ਬੰਦਾ ਹੁੰਦਾ ਹੈ ਸੋ ਅਸੀਂ ਪਹਿਲਾਂ ਸ਼ੰਭੂ ਬੈਰੀਅਰ ਤੇ ਧਰਨਾ ਲਾਇਆ ਰੇਲ ਰੋਕੀ ਉੱਥੇ 60 ਦਿਨ ਉਹ ਧਰਨਾ ਚੱਲਿਆ ਉਸ ਤੋਂ ਬਾਅਦ ਇੱਕ ਵੱਡੀ ਗੱਲ ਹੋਈ 6 ਤਰੀਕ ਨੂੰ 6 ਤਰੀਕ ਨੂੰ ਰਸਤਾ ਰੋਕੂ ਸੀਗਾ ਜਾਮ ਕਰਨਾ ਸੀ ਚੱਕਾ ਅਸੀਂ ਜਿਹੜੇ ਰਾਜਪ트 ਨੇੜੇ ਦੇ ਬੰਦੇ ਆ ਅਸੀਂ ਸ਼ੰਭੂ ਬੈਰੀਅਰ ਤੇ ਹਰਿਆਣੇ ਦੇ ਸਾਥੀਆਂ ਨਾਲ ਤਾਲਮੇਲ ਬਿਠਾਇਆ ਅਸੀਂ ਕਿਹਾ ਵੀ ਚੱਕਾ ਜਾਮ ਦੀ ਕਾਲ ਤੁਹਾਨੂੰ ਵੀ ਹੈ ਸਾਨੂੰ ਵੀ ਹੈ ਕਿਉਂ ਨਾ ਇਕੱਠੇ ਹੋ ਕੇ ਇੱਕ ਧਰਨਾ ਲਾਇਆ ਜਾਵੇ ਇੱਕ ਸਟੇਜ ਲਾਈਏ ਤੇ ਅਸੀਂ ਸਟੇਜ ਲਾਈ ਜੋ ਇਕੱਠਾ ਹੋ ਕੇ ਕਾਲ ਦਿੱਤੀ ਲੋਕਾਂ ਨੂੰ ਸ਼ੰਭੂ ਬਾਜੀਏ ਤੇ ਇਕੱਠ 10000 ਤੋਂ ਵੀ ਉੱਪਰ ਲੋਕ ਉੱਥੇ ਇਕੱਠੇ ਹੋ ਗਏ ਹਨ ਸੋ ਜਿਹੜਾ ਸੈਂਟਰ ਦੀ ਸਰਕਾਰ ਨੇ ਸਾਡੇ ਚ ਭਰਮ ਪਾਇਆ ਹੋਇਆ ਕਿ ਹਰਿਆਣਾ ਵੱਖਰਾ ਹੈ ਬਿਲਕੁਲ ਵੱਖਰੇ ਨਹੀਂ ਹੈ ਅਸੀਂ ਹੈ ਸਾਡੀ ਰਿਸ਼ਤੇਦਾਰੀਆਂ ਆਪਸ ਦੇ ਵਿੱਚ ਹੈ ਜਦੋਂ ਸਾਡਾ ਖੂਨ ਚੂਸਣ ਇੱਕ ਬੰਦਾ ਤਿਆਰ ਬੈਠਿਆ ਹੈ ਉਹਨੇ ਦੋ ਬਘੇਰੇ ਪਾਲੇ ਹੋਏ ਆ ਵੀ ਮੈਂ ਕਿਸਾਨਾਂ ਨੂੰ ਬੰਨ ਕੇ ਕਾਨੂੰਨ ਦੇ ਰਸਤੇ 'ਚ ਬੰਨ ਕੇ ਤੁਹਾਡੇ ਕੇ ਸਟਾਂਗਾ ਤਾਂ ਕਿ ਤੁਸੀਂ ਜਿਵੇਂ ਮਰਜ਼ੀ ਨਾਲ ਟ੍ਰੀਟ ਕਰੀਏ ਜਿਹੜੀ ਹੁਣ ਮੰਡੀ ਹੈ ਉਹਦੇ ਵਿੱਚ ਕਿਸਾਨ ਸੜਕ ਰੋਕ ਲੈਣੇ ਆ। ਇਹ ਸਾਡੀ ਜਿੰਸ ਦਾ 10 ਰੇਟ ਕਿਵੇਂ ਨਹੀਂ ਲੱਗਿਆ ਤਾਂ ਹੈ? ਇਹ ਚ ਨੁਕਸ ਦੱਸ ਜਦੋਂ ਆਪਣੀ ਬਾਰਗੇਨਿੰਗ ਪਾਵਰ ਘਟ ਜਾਣੀ ਹੈ। ਜਦੋਂ ਅਸੀਂ ਕੱਲਿਆਂ ਨੇ ਫਸਲ ਵੇਚਨੀ ਹੈ ਖੇਤਾਂ 'ਚ ਫੇਰ ਸਾਡੀ ਲੁੱਟ ਖਸੁੱਟ ਜ਼ਿਆਦਾ ਹੋਏਗੀ ਹੈ। ਨੁਕਸ ਇਸ ਮੰਡੀ 'ਚ ਵੀ ਹੈ ਪਰ ਇਹ ਫੇਰ ਵੀ ਸਰਕਾਰ ਦਾ ਵਿੱਚ ਦਖਲ ਹੈ, ਪ੍ਰਾਈਸ ਦਾ ਹੈ। ਤੁਹਾਡੇ ਪੇਮੈਂਟ ਨਹੀਂ ਮਰਦੀ ਹੈ। ਇਹਨਾਂ ਇਹ ਜਿਹੜੀ ਨਵਾਂ ਕਾਨੂੰਨ ਹੈ ਉਹ ਇਹ ਬਗਹਾੜਾ ਨੂੰ ਖੁੱਲੀ ਛੁੱਟੀ ਦੇਣੀ ਹੈ ਸੋ ਕਿਸਾਨ ਭਰਾਵੋ ਰਲ ਮਿਲ ਕੇ ਜਿੱਥੇ ਤੱਕ ਹੁਣ ਮਸਲਾ ਪਹੁੰਚਿਆ ਹੈ ਸਿੰਘ ਫਸ ਚੁੱਕੇ ਹੈ ਸਿੰਘ ਟੁੱਟਣੇ ਕਿਹਦੇ ਆ ਇੱਕ ਦੇ ਟੁੱਟਣੇ ਆ ਜਿਹੜੇ ਪ੍ਰਮਾਤਮਾ ਦੇ ਨਾਲ ਮਿਲ ਕੇ ਕਿਰਤ ਕਰਦੇ ਆ ਉਹਨਾਂ ਦੇ ਸਿੰਘ ਬਚਣਗੇ ਜਿਹੜੇ ਮੰਨ ਕਾਲਸ ਹੈ ਜਿਹੜੇ ਬੰਦਿਆਂ ਨੇ ਧੋਖੇ ਨਾਲ ਸਾਡੇ ਉੱਤੇ ਲਾਗੂ ਕਰਨਾ ਚਾਹਨੇ ਗਲਤ ਕਾਨੂੰਨ ਸਿੰਘ ਉਹਨਾਂ ਦੇ ਟੁੱਟਣੇ ਆ ਆਪਾਂ ਨੇ ਆਪਣਾ ਏਕਾ ਕਾਇਮ ਰੱਖਣਾ ਪਿੰਡਾਂ ਚੋਂ ਲੋਕ ਉੱਠ ਖੜੇ ਹੈ ਪਿੰਡਾਂ ਦੇ ਮਤੇ ਪੈ ਚੁੱਕੇ ਹਨ ਇਹ ਬਹੁਤ ਵੱਡੀ ਗੱਲ ਹੈ ਐਡਾ ਸੰਘਰਸ਼ ਇੱਕ ਇੰਗਲਿਸ਼ ਦਾ ਅਖਬਾਰ ਲਿਖਦਾ ਹੈ ਥਿਸ ਇਜ਼ ਦਾ ਬਿਗੇਸਟ ਔਨ ਥਿਸ ਪਲੈਨਟ ਇਸ ਧਰਤੀ ਦੇ ਸਭ ਤੋਂ ਵੱਡਾ ਇਹ ਅੰਦੋਲਨ ਹੈ ਤੋਂ ਸਾਨੂੰ ਮਾਣ ਹੈ ਜਿਹੜੇ ਲੋਕ ਭੈਣ ਭਰਾ ਇਸ ਸਮੂਲੀਅਤ ਕਰਦੇ ਹਨ ਐਨਾ ਕਹਿੰਦਾ ਹੋਇਆ ਸਪੀਕਰ ਸਾਫ ਆ ਕੇ ਮੇਰਾ ਸਮਾਂ ਖਤਮ ਹੁੰਦਾ ਹੈ ਦੋ ਨਾਰੇ ਲਾਵਾਂਗੇ ਮੈਂ ਪਕਾਸ਼ ਲੋਕਾਂ ਦਾ ਕਾਫਲਾ ਜਿੰਦਾਬਾਦ ਜਿੰਦਾਬਾਦ ਲੋਟੂ ਟਾਣੀ ਮਰਦਾਬਾਦ ਜਿੰਦਾਬਾਦ ਮੋਦੀ ਸਰਕਾਰ ਮਰਦਾਬਾਦ ਜਿੰਦਾਬਾਦ ਹੱਕ ਜਿਨਾ ਦੇ ਆਪਣੇ ਧੰਨਵਾਦ